ਇਕਲਾਕ ਦੀ ਕਾਟਾਵਾਦੀ ਵਾਲੇ ਸ਼ਹਿਰਾਂ ਵਿੱਚੋਂ ਨਾਭਾ ਦੀ ਸਬ ਤਹਿਸੀਲ 500 ਭਾਰਤ ਦੇ ਨਾਰਥ ਜ਼ੋਨ ਵਿੱਚੋਂ ਸਭ ਤੋਂ ਸਾਫ ਹੋਣ ਦਾ ਮਾਨ ਪ੍ਰਾਪਤ ਹੋਇਆ। ਮਿਨਿਸਟਰੀ ਆਫ ਹਿਊਮਨ ਐਂਡ ਅਰਬਨ ਅਫੇਅਰਸ ਇਸ ਮੰਤਰਾਲੇ ਵੱਲੋਂ ਦੇਸ਼ ਨੂੰ 5 ਭਾਗਾਂ ਵਿੱਚ ਵੰਡ ਕੇ ਹਰ ਭਾਗ ਵਿੱਚ 4 ਇਨਾਮ ਦਿੱਤੇ ਗਏ ਸਨ। ਇਸ ਵਿੱਚ 500 ਨੂੰ ਨਾਰਥ ਜ਼ੋਨ ਵਿੱਚੋਂ ਸਭ ਤੋਂ ਸਾਫ ਸੁਥਰਾ ਹੋਣ ਦਾ ਮਾਨ ਪ੍ਰਾਪਤ ਹੋਇਆ। ਇਹਦੇ ਲਈ ਸਾਨੂੰ ਕਾਫੀ ਮਿਹਨਤ ਕਰਨੀ ਪਈ ਹੈ। ਹਰ ਹਫਤੇ ਸਾਡੀ ਟੀਮ ਇੱਥੇ ਬੈਠੀ ਰਹਿੰਦੀ ਰਹੀ ਹੈ। ਸੋ ਇਹਦੇ 'ਚ ਮੇਰੇ ਦਫ਼ਤਰ ਵੱਲੋਂ ਵੀ ਪੂਰੀ ਇੱਕ ਟੀਮ ਬਣਾ ਕੇ ਇੱਥੇ ਭੇਜੀ ਜਾਂਦੀ ਰਹੀ ਹੈ, ਜਿਹੜੀ ਕਿ ਇੱਥੇ ਸਾਫ਼ ਸਫਾਈ ਦੇ ਵਿੱਚ ਸਹਿਯੋਗ ਕਰਦੀ ਰਹੀ ਹੈ। ਸਾਨੂੰ NGOs ਨੇ ਵੀ ਕਾਫੀ ਸਹਿਯੋਗ ਦਿੱਤਾ ਔਰ ਲੋਕਲ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ। ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਤਾਂ ਅਸੀਂ ਸਭ ਤੋਂ ਪਹਿਲਾਂ ਇੱਥੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਂ ਔਰ ਮੇਰੇ EO ਅਸ਼ਵਨੀ ਜਿਹੜੇ ਮੇਰੇ ਆਫਿਸ ਦੇ ਵਿੱਚ ਸੀਗੇ, ਅਸੀਂ ਆ ਕੇ ਸਵੱਛਤਾ ਕਲੱਬ ਬਣਾਇਆ ਸੀ। ਉਸ ਤੋਂ ਅਸੀਂ ਸ਼ੁਰੂਆਤ ਕੀਤੀ ਸੀਗੀ, ਲੇਕਿਨ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਸਵੱਛਤਾ ਕਲੱਬ ਜਾ ਕੇ ਲੋਕਾਂ ਨੂੰ ਅਵੇਅਰ ਤਾਂ ਕਰ ਦਊਗਾ ਕਿ ਕੂੜਾ ਅਲੱਗ ਅਲੱਗ ਕਰੋ, ਲੇਕਿਨ ਜਦ ਤੱਕ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਹੁੰਦਾ ਉਹ ਲੋਕਾਂ ਨੂੰ ਅਵੇਅਰ ਕਰਨ ਦਾ ਫਾਇਦਾ ਕੋਈ ਨਹੀਂ। ਸੋ ਉਸ ਤੋਂ ਬਾਅਦ ਅਸੀਂ ਬੈਠ ਕੇ ਆਪਣੇ ਦਫ਼ਤਰ ਦੇ ਵਿੱਚ ਥੋੜ੍ਹੀਆਂ ਕੁਛ NGOs ਨੂੰ ਰਿਕੁਐਸਟ ਕੀਤੀ ਕਿ ਤੁਸੀਂ ਸਾਨੂੰ ਥੋੜ੍ਹਾ ਜਿਹਾ, ਅਸੀਂ ਸਵੱਛ ਭਾਰਤ ਮਿਸ਼ਨ ਇੱਥੇ ਕਰਨਾ ਚਾਹੁੰਦੇ ਹਾਂ ਤਾਂ ਇੱਥੇ ਸਾਨੂੰ ਸਫਾਈ ਦੇ ਵਿੱਚ ਸਹਿਯੋਗ ਦਿਓ। ਤਾਂ NGOs ਨੇ ਸਾਡੀ ਕਾਫੀ ਮਦਦ ਕੀਤੀ, ਸਾਨੂੰ ਨਾਹਰ ਗਰੁੱਪ ਹੈ, ਹੋਰ ਕਈ ਗਰੁੱਪ ਨੇ ਜਿਨ੍ਹਾਂ ਨੇ ਕੂੜਾ ਰੇਹੜੀਆਂ ਡੋਨੇਟ ਕੀਤੀਆਂ ਜਿਹੜੀਆਂ ਸੈਗਰੀਗੇਟਿਡ ਸੀਗੀਆਂ, ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਲਈ ਉਹਨਾਂ 'ਚ ਕੈਬਿਨ ਬਣੇ ਹੋਏ ਸੀਗੇ। ਅਸੀਂ ਟੋਟਲ 5 ਰੇਹੜੀਆਂ ਇਹਨਾਂ ਕੋਲ ਸੀਗੀਆਂ, 6 ਅਸੀਂ ਡੋਨੇਟ ਕਰਵਾ ਦਿੱਤੀਆਂ। ਟੋਟਲ ਪਹਿਲਾਂ ਤਾਂ ਅਸੀਂ ਹਰ ਵਾਰਡ ਲਈ ਇੱਕ ਕੂੜਾ ਰੇਹੜੀ ਕੀਤੀ, 11 ਕੂੜਾ ਰੇਹੜੀਆਂ ਕੀਤੀਆਂ। ਨਾਭਾ ਤੋਂ ਬ੍ਰਿਜ ਖੁਰਾਣਾ ਅਤੇ ਦੀਪਕ ਬਾਂਗਾ ਦੀ ਰਿਪੋਰਟ, ਚੈਨਲ 2।